ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ। ਲੋਕ ਸਮਝਦੇ ਹਨ ਕਿ ਉਦਯੋਗਪਤੀ ਜਾਂ ਅਮੀਰ ਵਪਾਰੀ ਹਰ ਵੇਲੇ ਐਸ਼ ਕਰਦੇ ਹਨ। ਉਹਨਾਂ ਕੋਲ ਐਸ਼ ਕਰਨ ਦਾ ਸਾਰਾ ਸਮਾਨ ਅਤੇ ਸਾਰੀਆਂ ਸਹੂਲਤਾਂ ਹੁੰਦੀਆਂ ਹਨ, ਪਰ ਉਹ ਸਾਰਾ ਦਿਨ ਕੰਮ ਕਰਦੇ ਹਨ। ਅੰਬਾਨੀ ਦਾ ਪੁੱਤਰ ਅਮਰੀਕਾ ਵਿੱਚ ਪੜ੍ਹਦਾ ਸੀ। ਅੰਤਿਮ ਪ੍ਰੀਖਿਆ ਉਪਰੰਤ 3 ਘੰਟੇ ਵਿੱਚ ਉਹ ਭਾਰਤ ਲਈ ਉਡਾਣ ਵਾਸਤੇ ਹਵਾਈ ਅੱਡੇ 'ਤੇ ਸੀ। ਭਾਰਤ ਪਹੁੰਚਣ 'ਤੇ 2.5 ਘੰਟੇ ਮਗਰੋਂ ਉਹ ਆਪਣੀ ਨਵੀਂ ਕੰਪਨੀ ਦਾ ਉਦਘਾਟਨ ਕਰ ਰਿਹਾ ਸੀ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਇੱਕ ਵਿਦੇਸ਼ੀ ਪੱਤਰਕਾਰ ਨੇ ਪੁੱਛਿਆ, ਤੁਸੀਂ ਕੈਂਬਰਿਜ ਯੂਨੀਵਰਸਿਟੀ ਵਿੱਚ ਰਹੇ ਹੋ, ਤੁਸੀਂ ਕੈਂਬਰਿਜ ਤੋਂ ਕੀ ਸਿੱਖਿਆ ਅਪਣਾਇਆ ਹੈ? ਮਨਮੋਹਨ ਸਿੰਘ ਨੇ ਕਿਹਾ, ਕੈਂਬਰਿਜ ਨੇ ਮੈਨੂੰ ਸਿਖਾਇਆ ਹੈ ਕਿ ਦੂਜੇ ਦਾ ਤਰਕ ਧੀਰਜ ਨਾਲ ਸੁਣੋ, ਆਪਣਾ ਤਰਕ ਨਿਡਰ ਹੋ ਕੇ ਪ੍ਰਗਟਾਓ ਅਤੇ ਬੋਲਬਾਣੀ ਵਿੱਚ ਸਲੀਕਾ ਵਰਤੋ। ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਜੀ ਤੋਂ ਪੁੱਛਿਆ, ਤੁਸੀਂ ਸਭ ਗੁਰੂ ਸਾਹਿਬ ਦੇ ਦੀਦਾਰ ਕੀਤੇ ਹਨ, ਕਿਹੋ ਜਿਹੇ ਸਨ? ਉਹ ਸਭ ਬਾਬਾ ਬੁੱਢਾ ਜੀ ਦਾ ਉੱਤਰ ਸੀ, ਗੁਰੂ ਨਾਨਕ ਨਿਰਾ ਨੂਰ ਸਨ, ਪ੍ਰਭੂ ਦਾ ਰੂਪ ਸਨ, ਗੁਰੂ ਅੰਗਦ ਤਾਂ ਨਿਰੇ ਸਾਧੂ ਸਨ, ਪਿਆਰ ਦੀ ਮੂਰਤ, ਗੁਰੂ ਅਮਰਦਾਸ ਸੇਵਾ ਦੇ ਪੁੰਜ ਸਨ, ਹਰ ਕਿਸੇ ਲਈ ਹਰ ਵੇਲੇ ਅਸੀਸਾਂ ਦਾ ਖਜ਼ਾਨਾ ਸਨ, ਗੁਰੂ ਰਾਮਦਾਸ ਪਰਮ ਪਿਆਰੇ ਅਤੇ ਮਿਹਰਬਾਨ ਸਨ, ਗੁਰੂ ਅਰਜਨ ਦੇਵ ਵਿਦਵਤਾ ਅਤੇ ਤਿਆਗ ਦੀ ਸਿਖਰ ਸਨ। ਇਹ ਬਾਬਾ ਬੁੱਢਾ ਜੀ ਕਰਕੇ ਹੀ ਸੀ ਕਿ ਗੁਰਗੱਦੀ ਅਮਨ ਅਮਾਨ ਨਾਲ ਚੱਲਦੀ ਰਹੀ ਸੀ। ਇੱਕ ਵਾਰੀ ਮੈਂ ਇੱਕ ਅਜਿਹੀ ਥਾਂ 'ਤੇ ਨਿਯੁਕਤ ਸਾਂ ਜਿੱਥੇ ਲੋਕਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਤਕਲੀਫਾਂ ਅਤੇ ਮੁਸ਼ਕਲਾਂ ਅਨੁਸਾਰ ਪੈਸੇ ਅਤੇ ਸਮਾਨ ਨਾਲ ਮਦਦ ਕੀਤੀ ਜਾਂਦੀ ਸੀ। ਉੱਥੇ ਮਹਿਸੂਸ ਕੀਤਾ ਕਿ ਝੂਠੇ ਵਧੇਰੇ ਬੋਲਦੇ ਸਨ ਅਤੇ ਉੱਚਾ ਬੋਲਦੇ ਸਨ, ਪਰ ਅਸਲੀ ਦੁਖੀ ਅਤੇ ਲੋੜਵੰਦ ਚੁੱਪ ਹੀ ਰਹਿੰਦੇ ਸਨ। ਸਾਡੀ ਅਸਲੀ ਭਾਸ਼ਾ ਉਹ ਹੁੰਦੀ ਹੈ ਜਿਸ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਪਰ ਬਹੁਤੇ ਲੋਕ ਜਿਸ ਭਾਸ਼ਾ ਵਿੱਚ ਉਹ ਬੋਲਦੇ ਹਨ ਉਸੇ ਨੂੰ ਆਪਣੀ ਭਾਸ਼ਾ ਜਾਂ ਮਾਤ ਭਾਸ਼ਾ ਸਮਝਦੇ ਹਨ। ਕੋਈ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਭਾਵੇਂ ਕਰੋੜਾਂ ਵਿੱਚ ਹੋਵੇ, ਉਹ ਭਾਸ਼ਾ ਵਿਕਾਸ ਨਹੀਂ ਕਰੇਗੀ। ਉਹ ਵਿਕਾਸ ਤਾਂ ਕਰੇਗੀ ਜੇ ਲੋਕ ਉਸ ਭਾਸ਼ਾ ਵਿੱਚ ਸੋਚਣ, ਉਸ ਭਾਸ਼ਾ ਵਿੱਚ ਸੋਚ ਕੇ ਕਾਢਾਂ ਕੱਢਣ, ਯੋਗਤਾ ਲੱਭਣ, ਨਵੇਂ ਫਲਸਫੇ ਅਤੇ ਸੰਕਲਪ ਉਸਾਰਨ। ਪੰਜਾਬੀ ਨੂੰ ਸੰਸਾਰ ਦੇ 12 ਕਰੋੜ ਲੋਕ ਬੋਲਦੇ ਹਨ, ਪਰ ਇਸ ਵਿੱਚ ਸੋਚਦੇ ਕਿਤਨੇ ਹਨ? ਜਿਹੜੇ ਲੋਕ ਸੋਚਦੇ ਨਹੀਂ ਉਹ ਸੁਣੀਆਂ ਵੇਖੀਆਂ ਗੱਲਾਂ ਹੀ ਦੁਹਰਾਈ ਜਾਂਦੇ ਹਨ। ਹਿੰਦੀ ਨੂੰ 60 ਕਰੋੜ ਲੋਕ ਬੋਲਦੇ ਹਨ, ਪਰ ਸੋਚਣ ਦੀ ਆਦਤ ਨਾ ਹੋਣ ਕਾਰਨ ਹਿੰਦੀ ਬੋਲਦੇ ਪ੍ਰਾਂਤ ਗਰੀਬ ਹਨ। ਸੋਚਣ ਦੀ ਅਣਹੋਂਦ ਕਾਰਨ ਹੀ ਭਾਰਤ ਇੱਕ ਪਰੰਪਰਾਵਾਦੀ ਦੇਸ਼ ਹੈ। ਜਿੱਥੇ ਲੋਕ ਸੋਚਦੇ ਨਹੀਂ ਉੱਥੇ ਧਰਮ ਦਾ ਬੋਲਬਾਲਾ ਹੋਵੇਗਾ, ਉੱਥੇ ਦ੍ਰਿਸ਼ਟੀਕੋਣ ਵਿਗਿਆਨਕ ਨਹੀਂ ਹੋਵੇਗਾ, ਉੱਥੇ ਅਕਸਰ ਗਰੀਬੀ ਵਾਲੀ ਵਿਵਸਥਾ ਹੋਵੇਗੀ। ਅਮਰੀਕਨ ਪਤਨੀਆਂ ਚਾਹੁੰਦੀਆਂ ਹਨ ਕਿ ਪਤੀਆਂ ਨੂੰ ਨੌਕਰਾਂ ਵਾਲੇ ਸਾਰੇ ਕੰਮ ਆਉਂਦੇ ਹੋਣ। ਮੁਸਲਿਮ ਦੇਸ਼ਾਂ ਵਿੱਚ ਪਤਨੀਆਂ ਤਾਂ ਹੁੰਦੀਆਂ ਹੀ ਨਹੀਂ, ਬੁਰਕੇ ਵਾਲੀਆਂ ਗੁਲਾਮ ਹੀ ਹੁੰਦੀਆਂ ਹਨ। ਜਪਾਨੀ ਪਤਨੀਆਂ ਨਾਲੋਂ ਦਾਸੀਆਂ ਵਧੇਰੇ ਹੁੰਦੀਆਂ ਹਨ, ਫਰਾਂਸੀਸੀ ਪਤਨੀਆਂ ਅਸਲੀ ਪਤੀ ਹੁੰਦੀਆਂ ਹਨ। ਭਾਰਤ ਵਿੱਚ ਵਿਹਾਰ ਤੋਂ ਪਤਾ ਹੀ ਨਹੀਂ ਲੱਗਦਾ ਕਿ ਪਤੀ ਕਿਹੜਾ ਹੈ ਅਤੇ ਪਤਨੀ ਕਿਹੜੀ ਹੈ, ਬਸ ਇਤਨਾ ਹੀ ਪਤਾ ਲੱਗਦਾ ਹੈ ਕਿ ਇਹ ਵਿਆਹੇ ਹੋਏ ਹਨ। ਕਿਹਾ ਜਾਂਦਾ ਹੈ ਕਿ ਜਿਨ੍ਹਾਂ ਇਸਤਰੀਆਂ ਪੁਰਸ਼ਾਂ ਦੇ ਨਜਾਇਜ਼ ਸੰਬੰਧ ਨਹੀਂ ਹੁੰਦੇ ਉਹ ਦਿਲਚਸਪ ਨਹੀਂ ਹੁੰਦੇ। ਤਸਮਾਨੀਆਂ ਬਾਰੇ ਮਸ਼ਹੂਰ ਹੈ ਕਿ ਉੱਥੇ ਕਿਸੇ ਦੇ ਕਿਸੇ ਨਾਲ ਨਜਾਇਜ਼ ਸੰਬੰਧ ਨਹੀਂ ਸਨ, ਇਸੇ ਕਰਕੇ ਤਸਮਾਨੀਆਂ ਦਾ ਨਾਮ ਮਿਟ ਗਿਆ ਹੈ। ਸੰਸਾਰ ਵਿੱਚ ਸਭ ਤੋਂ ਵਧੇਰੇ ਨਜਾਇਜ਼ ਸੰਬੰਧ ਫਰਾਂਸੀਸੀਆਂ ਦੇ ਹੁੰਦੇ ਹਨ। ਇਸੇ ਲਈ ਸੰਸਾਰ ਵਿੱਚ ਫਰਾਂਸ ਹੁਸਨ, ਫੈਸ਼ਨ ਅਤੇ ਕਲਾ ਦੀ ਰਾਜਧਾਨੀ ਹੈ। ਸੰਸਾਰ ਦਾ ਫਰਾਂਸ ਇੱਕ ਮਾਤਰ ਦੇਸ਼ ਹੈ ਜਿੱਥੇ ਹਰ ਸਾਲ ਸੈਲਾਨੀਆਂ ਦੀ ਗਿਣਤੀ ਦੇਸ਼ ਦੀ ਕੁੱਲ ਆਬਾਦੀ ਨਾਲੋਂ ਵੱਧ ਹੁੰਦੀ ਹੈ। ਇਹ ਨਜਾਇਜ਼ ਸੰਬੰਧਾਂ ਦੀਆਂ ਸੰਭਾਵਨਾਵਾਂ ਕਾਰਨ ਹੈ। ਇਸ ਤੋਂ ਭਾਵ ਇਹ ਨਹੀਂ ਕਿ ਤੁਹਾਡੇ ਨਜਾਇਜ਼ ਸੰਬੰਧ ਜ਼ਰੂਰ ਹੋਣੇ ਚਾਹੀਦੇ ਹਨ, ਸਗੋਂ ਭਾਵ ਇਹ ਹੈ ਕਿ ਜੇ ਤੁਸੀਂ ਦਿਲਚਸਪ ਵਿਅਕਤੀ ਹੋ ਤਾਂ ਕਿਸੇ ਨਾ ਕਿਸੇ ਨਾਲ ਤੁਹਾਡੇ ਨਜਾਇਜ਼ ਸੰਬੰਧ ਬਣ ਜਾਣਗੇ। ਪਤੀ ਪਤਨੀ ਦੇ ਸੰਬੰਧਾਂ ਦੇ ਮੁਕਾਬਲੇ ਨਜਾਇਜ਼ ਸੰਬੰਧ ਵਧੇਰੇ ਦਿਲਚਸਪ ਹੁੰਦੇ ਹਨ। ਸੰਸਾਰ ਵਿੱਚ ਫਰਾਂਸੀਸੀ ਔਰਤਾਂ ਅਤੇ ਇਤਾਲਵੀ ਮਰਦਾਂ ਵਿਚਕਾਰ ਨਜਾਇਜ਼ ਸੰਬੰਧ ਆਪ ਮੁਹਾਰੇ ਬਣ ਜਾਂਦੇ ਹਨ। ਜਿੱਥੇ ਨਜਾਇਜ਼ ਸੰਬੰਧਾਂ ਦੀ ਖੁੱਲ੍ਹ ਹੈ ਉਹ ਸਮਾਜ ਵਧੇਰੇ ਸੁਤੰਤਰ, ਵਿਕਸਿਤ ਅਤੇ ਖੁਸ਼ਹਾਲ ਹਨ। ਹਰ ਭਾਸ਼ਾ ਵਿੱਚ ਵੱਖਰੀ ਪ੍ਰਕਾਰ ਦੀ ਸਮੱਗਰੀ ਅਤੇ ਵੱਖਰੀ ਕਿਸਮ ਦੀ ਮਾਨਸਿਕਤਾ ਹੁੰਦੀ ਹੈ। ਜੋ ਸੰਸਕ੍ਰਿਤ ਵਿੱਚ ਹੈ ਉਹ ਫਾਰਸੀ ਵਿੱਚ ਨਹੀਂ, ਜਿਹੜੇ ਤਰਕ ਨਾਲ ਜਰਮਨ ਬੋਲੀ ਜਾ ਸਕਦੀ ਹੈ ਉਸ ਨਾਲ ਫਰਾਂਸੀਸੀ ਬੋਲਣੀ ਸੰਭਵ ਨਹੀਂ, ਜੋ ਨਖਰਾ ਫਰਾਂਸੀਸੀ ਵਿੱਚ ਹੈ ਉਹ ਰੂਸੀ ਵਿੱਚ ਨਹੀਂ। ਜਰਮਨ ਮਰਦਾਨਾ ਭਾਸ਼ਾ ਹੈ, ਫਰਾਂਸੀਸੀ ਜਨਾਨਾ ਭਾਸ਼ਾ ਹੈ। ਸੰਸਕ੍ਰਿਤ ਬ੍ਰਾਹਮਣਾਂ, ਪੁਰਸ਼ਾਂ, ਪੰਡਤਾਂ ਦੀ ਭਾਸ਼ਾ ਹੈ। ਉਰਦੂ ਫਾਰਸੀ ਆਸ਼ਕਾਂ, ਹੁਸੀਨਾਂ ਦੀ ਭਾਸ਼ਾ ਹੈ।
पंजाबी मर्दां दी भाषा है। यह लड़न भिड़न की भाषा है, विचार वटांदरे जा समझौते की भाषा नहीं। इस विच नगारे ललकारे जयकारे हैं, हामियां हुंगारे नहीं। किसी नूं जिम्मेवारी वाले अहुदे तों नियुक्त करन समय उसकी योग्यता ही ना विचारो, उस वल्लों अपनियां गलतियां स्वीकारन दा दृष्टिकोण भी जाणो, उसकी असहमत होने की दलेरी भी वेखो, सुतंत्र रूप में सोचण अते फैसले करन की समर्था भी परखो, उसकी कल्लियां कार्ज करन अते होरां नाल रल के काम करन की योग्यता भी मापनी चाहीदी है। डिग्रियां महत्वपूर्ण हुंदियां हन, जिहड़ियां दसदियां हन कि व्यक्ति की जाणदा है। मुलाकात उस दियां योग्यतावां समर्थावां दृष्टिकोण अते पहुँच जाण लई हुंदी है। जदों कोई फ्रांसीसी बोलता है तो उस तो अंग्रेज़ां वर्गे गैर फ्रांसीसी लोगों की आप मुहारे निंदा हो जाती है। अंग्रेज़ां नूं फ्रांस की निंदा करने लई उचेच करना पैंदा है। पाकिस्तानी हाकम बोलते ही उदों हन जदों उन्होंने भारत नूं भंडना होवे। समाजवादी अमरीका की निंदा करन तों सिवाए कुछ बोलते ही नहीं। साडी गलबात का 3/4 भाग निंदा नाल संबंधित हुंदा है। शब्द कोशां विच भी 3/4 शब्द निंदावली अर्थां वाले हुंदे हन। चैनल नूं सबसक्राइब करने लई धन्नवाद। तुहाडा दिन शुभ रहे। अगर तुसीं इह बुक नूं ऑनलाइन ऑर्डर करना चाहते हो तो इसका लिंक डिस्क्रिप्शन विच दे दिता गया है। धन्नवाद।